ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕੈਂਗਰਾ ਹੋਰਾਂ ਨੇ ਮੌਸਮ ਬਾਬਤ ਹੁਣੇ ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਹਲਕੀ ਬਾਰਿਸ਼ ਪੈ ਰਹੀ ਹੈ, ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਪਰ ਇਹ ਬੂੰਦਾਬਾਂਦੀ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਕੱਲ੍ਹ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਪੈ ਸਕਦੀ ਹੈ ਅਤੇ ਉੱਥੇ ਹੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ। ਮੈਮ, ਲਗਾਤਾਰ ਜਿਹੜਾ ਉਸ ਵੇਲੇ ਤੋਂ ਬਾਰਿਸ਼ ਦਾ ਮੌਸਮ ਬਣਿਆ ਹੋਇਆ, ਬਾਰਿਸ਼ ਪੈ ਵੀ ਰਹੀ ਹੈ, ਸੋ ਕਿਸ ਤਰ੍ਹਾਂ ਦੇ ਆਉਣ ਵਾਲੇ ਦਿਨਾਂ 'ਚ ਮੌਸਮ ਦੇ ਆਸਾਰ ਹੈਗੇ ਨੇ ਕਿ ਬਾਰਿਸ਼ ਕੰਟੀਨਿਊ ਹੋਊਗੀ ਜਾਂ ਹਾਂਜੀ ਹੋਊਗੀ ਅੱਧੇ ਦਿਨ ਬਾਅਦ? ਜੀ, ਅਸੀਂ ਦੇਖ ਰਹੇ ਹਾਂ ਕਿ ਲਗਭਗ ਸਾਰੇ ਪੰਜਾਬ 'ਤੇ ਹੀ ਜਿਹੜਾ ਅੱਜ ਇੱਕ WD ਸਿਸਟਮ ਦਾ ਇਫੈਕਟ ਬਣਿਆ ਹੋਇਆ, ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਜਿਹੜੀ ਬੱਦਲਵਾਈ ਬਣੀ ਹੋਈ ਹੈ, ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ, ਔਰ ਇਹਦੇ ਤੋਂ ਇਲਾਵਾ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਾਂ ਲਾਈਟਨਿੰਗ ਔਰ ਜੋ ਥੰਡਰ ਐਕਟੀਵਿਟੀ ਹੈ ਉਹ ਵੀ ਹੋ ਸਕਦੀ ਹੈ। ਸੋ ਕਿਉਂਕਿ ਅੱਜ ਓਵਰਕਾਸਟ ਜਿਹੜਾ ਸਿਸਟਮ ਬਣਿਆ ਹੋਇਆ ਔਰ ਕੱਲ੍ਹ ਤੱਕ ਸਿਸਟਮ ਦੇ ਪੰਜਾਬ ਦੇ ਉੱਪਰੋਂ ਮੂਵ ਕਰ ਜਾਣ ਦੀ ਐਕਸਪੈਕਟੇਸ਼ਨ ਹੈ, ਸੋ ਇਹਦੇ ਕਰਕੇ ਕੱਲ੍ਹ ਤੱਕ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ, ਲਾਈਟ ਟੂ ਮੋਡਰੇਟ ਬਾਰਿਸ਼ ਔਰ ਲਾਈਟਨਿੰਗ ਥੰਡਰਸ ਔਰ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ, ਔਰ ਉਹਦੇ ਤੋਂ ਬਾਅਦ ਜਿਹੜੀਆਂ ਪਰਸੋਂ ਤੋਂ ਕੰਡੀਸ਼ਨਸ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ। ਜੀ, ਅੱਜ IMD ਵੱਲੋਂ ਔਰੇਂਜ ਅਲਰਟ ਜਿਹੜੀਆਂ ਇਹ ਵਾਲੀਆਂ ਕੰਡੀਸ਼ਨਸ ਨੇ ਇਹਨਾਂ ਵਾਸਤੇ ਜਾਰੀ ਕੀਤਾ ਗਿਆ, ਔਰ ਕੱਲ੍ਹ ਯੈਲੋ ਅਲਰਟ ਜਾਰੀ ਕੀਤਾ ਗਿਆ, ਔਰ ਕੱਲ੍ਹ ਜਿਹੜੀ ਐਕਟੀਵਿਟੀ ਅੱਜ ਨਾਲੋਂ ਕੁਛ ਘੱਟ ਜਾਣ ਦੀ ਵੀ ਇਹ ਪ੍ਰੈਡਿਕਸ਼ਨ ਹੈ, ਕਿਉਂਕਿ ਸਿਸਟਮ ਅੱਜ ਮੂਵ ਕਰਨਾ ਸਟਾਰਟ ਹੋ ਜਾਏਗਾ, ਸੋ ਪਰਸੋਂ ਤੋਂ ਜਿਹੜੀਆਂ ਕੰਡੀਸ਼ਨਸ ਉਹ ਕਲੀਅਰ ਹੋਣ ਦੀ ਪ੍ਰੈਡਿਕਸ਼ਨ ਹੈ। ਮੈਮ, ਜਿਵੇਂ ਕਿ ਬਦਲਵਾਈ ਵਾਲਾ ਰੇਨ ਵਾਲਾ ਮੌਸਮ ਬਣਿਆ ਹੋਇਆ, ਸੋ ਟੈਂਪਰੇਚਰ ਦੇ ਵਿੱਚ ਵੀ ਕੁਝ ਅਸਰ ਵੇਖਣ ਨੂੰ ਮਿਲਿਆ, ਟੈਂਪਰੇਚਰ ਘਟਿਆ ਕੁਛ ਪਹਿਲਾਂ ਨਾਲੋਂ? ਜੀ ਬਿਲਕੁਲ ਜੀ, ਜਦੋਂ ਵੀ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਡਿਵੈਲਪ ਹੁੰਦਾ, ਕਲਾਉਡੀ ਕੰਡੀਸ਼ਨਸ ਜਾਂ ਰੇਨ ਵਾਲੀਆਂ ਕੰਡੀਸ਼ਨਸ ਬਣਦੀਆਂ ਨੇ, ਸੋ ਉਦੋਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕੁਛ ਗਿਰਾਵਟ ਓਬਜ਼ਰਵ ਕਰਦੇ ਹਾਂ, ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜ੍ਹੀ ਰਾਈਜ਼ ਓਬਜ਼ਰਵ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਜੋ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 36°C ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37.7°C ਸੀ, ਸੋ ਲਗਭਗ 1.7°C ਜਿਹੜਾ ਹੈ ਨੋਰਮਲ ਤੋਂ ਨੀਚੇ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 24.4°C ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 20.3°C ਹੈ, ਸੋ ਇਹ ਵੀ ਲਗਭਗ 4°C ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਇਸ ਤਰ੍ਹਾਂ WD ਸਿਸਟਮ ਦਾ ਇਫੈਕਟ ਹੋਣ ਕਰਕੇ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜ੍ਹੀ ਰਾਈਜ਼ ਅਸੀਂ ਓਬਜ਼ਰਵ ਕਰ ਰਹੇ ਹਾਂ। ਮੈਮ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਜੋ ਵੀ ਸਿਸਟਮ ਹੈਗਾ, ਉਸ ਤੋਂ ਬਾਅਦ ਮੌਸਮ ਫਿਰ ਡਰਾਈ ਹੋ ਜਾਏਗਾ, ਗਰਮੀ ਵਧੇਗੀ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਵੀ ਕੋਈ ਸਿਸਟਮ ਵਗੈਰਾ ਹੋਰ ਆ ਸਕਦਾ? ਜੀ, ਕੱਲ੍ਹ ਤੱਕ ਐਕਸਪੈਕਟਡ ਹੈ ਕਿ ਇਹ ਸਿਸਟਮ ਪਾਸ ਹੋ ਜਾਏਗਾ, ਔਰ ਪਰਸੋਂ ਤੋਂ ਫਿਲਹਾਲ ਜਿਹੜੀਆਂ ਕੰਡੀਸ਼ਨਸ ਇੱਕ ਵਾਰ ਕਲੀਅਰ ਹੋ ਜਾਣ ਦੀ ਪ੍ਰੈਡਿਕਸ਼ਨ ਹੈ। ਕਿਸਾਨ ਵੀਰਾਂ ਨੂੰ ਕੀ ਸਲਾਹ ਦੇਣਾ ਦਿਓਗੇ, ਕਿਉਂਕਿ ਕਿਸਾਨ ਵੀ ਲਗਾਤਾਰ ਜਿਹੜੀਆਂ ਨੇ ਕਟਾਈ ਕਰ ਰਹੇ ਨੇ ਆਪਣੀ ਫਸਲ ਜਿਹੜੀ ਹੈ ਮੰਡੀਆਂ 'ਚ ਲੈ ਜਾਣ? ਜੀ, ਕਿਉਂਕਿ ਜਿਹੜੀ ਰੱਬੀ ਕ੍ਰੋਪਸ ਦੀ ਹਾਰਵੈਸਟਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਹੈ, ਫਾਰਮਰਸ ਜਿਹੜਾ ਹਾਰਵੈਸਟਿੰਗ ਕਰ ਰਹੇ ਨੇ, ਸੋ ਉਹਦੇ ਕਰਕੇ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਔਰ ਕਿ ਅੱਜ ਔਰ ਕੱਲ੍ਹ ਜਿਹੜਾ 2 ਦਿਨ ਉਹਨਾਂ ਨੂੰ ਹਲੇ ਜਿਹੜਾ ਹਾਰਵੈਸਟਿੰਗ ਨਹੀਂ ਕਰਨੀ ਚਾਹੀਦੀ, ਪਰਸੋਂ ਤੋਂ ਕੰਡੀਸ਼ਨਸ ਕਲੀਅਰ ਹੋ ਸਕਦੀਆਂ ਨੇ, ਸੋ ਉਹਦੇ ਤੋਂ ਬਾਅਦ ਹੀ ਉਹਨਾਂ ਨੂੰ ਹਾਰਵੈਸਟਿੰਗ ਕਰਨੀ ਚਾਹੀਦੀ ਹੈ, ਔਰ ਸੈਕੰਡਲੀ ਜੇ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕੀਤੀ ਹੋਈ ਹੈ ਉਹਨਾਂ ਨੂੰ ਪ੍ਰੋਡਿਊਸ ਜ਼ਰੂਰ ਸੰਭਾਲ ਲੈਣੀ ਚਾਹੀਦੀ ਹੈ, ਕਿਉਂਕਿ ਕੱਲ੍ਹ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ, ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ, ਸੋ ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਇਹ ਵੈਦਰ ਕੰਡੀਸ਼ਨਸ ਨੇ ਇਹਨਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ। ਇਸ ਮੌਕੇ ਡਾਕਟਰ ਕੈਂਗਰਾ ਹੋਰਾਂ ਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ
ਦੀ ਸਾਂਭ ਸੰਭਾਲ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਫਸਲਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਕੱਲ੍ਹ ਤੱਕ ਭਾਰੀ ਬਾਰਿਸ਼ ਪੈ ਸਕਦੀ ਹੈ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।